ਚਲੋ ਸੁਖਬੀਰ ਬਾਦਲ ਨੂੰ ਕਹਿ ਰਾਜਾ ਬੜਿੰਗ ਦਰਜੀ ਦੇ ਪੈਸੇ ਦੇ ਆਵੇ, ਸੁਖਬੀਰ ਬਾਦਲ ਨੂੰ ਕਹਿ ਤੇਰੇ ਐਮ ਐਲ ਏ ਦੇ ਉਹ ਪੋਸਟਰ ਲਈ ਖੜਾਈ 2 ਲੱਖ ਰੁਪਈਆ ਲੱਡੂਆਂ ਦਾ ਲੈਣਾ, ਇਹ ਪਹਿਲਾਂ ਲੋਕਾਂ ਦੇ ਪੈਸੇ ਦੇ ਦੇਣ, ਵੋਟਾਂ ਦਾ ਬਾਅਦ 'ਚ ਲੈਣ। ਉਹ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਬਹੁਤ ਬੱਚਾ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਜੋ ਦੇਣ ਹੈ ਨਾ ਪੰਜਾਬ ਨੂੰ, ਉਹਨੂੰ ਕਹੇ ਤੂੰ ਉਹਦੇ ਮੁਕਾਬਲੇ ਹਜੇ ਜੰਮਿਆ ਵੀ ਨਹੀਂ, ਜਿਹਦੇ 'ਤੇ ਤੂੰ ਤੰਜ ਕੱਸਦਾ, ਹਜੇ ਜੰਮ ਲੈ ਫਿਰ ਉਹਨਾਂ ਬਾਰੇ ਗੱਲ ਕਰੀ ਜੀ। ਔਰ ਇੱਦਾਂ ਕੁਛ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿੰਡ ਸਾਰੇ ਖੜ੍ਹੇ ਨੇ, ਸ਼ਹਿਰ ਵੀ ਖੜ੍ਹਾ, ਅਸੀਂ ਸ਼ਹਿਰ ਦੇ ਵਿੱਚ 3 ਵਾਰ ਮੇਅਰ ਬਣਾ ਚੁੱਕੇ ਹਾਂ, ਸ਼ਹਿਰ ਦੇ ਵਿੱਚ ਸਾਡੇ ਐਮ ਐਲ ਏ ਵੀ ਰਹੇ ਨੇ, ਸ਼ਹਿਰੋਂ ਵੀ ਵੋਟ ਪਊਗੀ, ਪਿੰਡੋਂ ਵੀ ਪਊਗੀ, ਅਸੀਂ ਸੀਟ ਜਿੱਤਾਂਗੇ। ਅਕਾਲੀ ਦਲ ਨੇ ਜਿਹੜਾ ਉਹਨਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਇਸ਼ਟ ਦੀ ਬੇਇੱਜ਼ਤੀ ਹੋਈ ਆ, ਉਹਨਾਂ ਨੇ ਆਪਣੇ ਪੰਨੇ ਪਾੜੇ ਆ ਗੁਰੂ ਗ੍ਰੰਥ ਸਾਹਿਬ ਦੇ, ਅਤੇ ਬੈਠੇ ਭਗਤਾਂ ਦੇ ਉੱਤੇ ਗੋਲੀਆਂ ਚਲਵਾਈਆਂ, ਲੋਕੀ ਭੁੱਲਦੇ ਨਹੀਂ ਅਕਾਲੀ ਦਲ ਨੂੰ ਉਹਦੇ ਰਾਜ ਦੇ ਵਿੱਚ। ਇੱਕ ਪਾਸੇ ਦਾ ਉਹ ਪੰਥ ਦੀ ਪਾਰਟੀ ਕਹਿੰਦੀ ਆ, ਇੱਕ ਪਾਸੇ ਆਪਣੇ ਬੰਦਿਆਂ ਦੇ ਗੋਲੀਆਂ ਚਲਾ ਰਿਹਾ। ਚਲੋ ਸੁਖਬੀਰ ਬਾਦਲ ਨੂੰ ਕਹਿ ਰਾਜਾ ਬੜਿੰਗ ਦਰਜੀ ਦੇ ਪੈਸੇ ਦੇ ਆਵੇ, ਸੁਖਬੀਰ ਬਾਦਲ ਨੂੰ ਕਹਿ ਤੇਰੇ ਐਮ ਐਲ ਏ ਦੇ ਉਹ ਪੋਸਟਰ ਲਈ ਖੜਾਈ 2 ਲੱਖ ਰੁਪਈਆ ਲੱਡੂਆਂ ਦਾ ਲੈਣਾ, ਇਹ ਪਹਿਲਾਂ ਲੋਕਾਂ ਦੇ ਪੈਸੇ ਦੇ ਦੇਣ, ਵੋਟਾਂ ਦਾ ਬਾਅਦ 'ਚ ਲੈਣ। ਉਹ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਬਹੁਤ ਬੱਚਾ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਜੋ ਦੇਣ ਹੈ ਨਾ ਪੰਜਾਬ ਨੂੰ, ਉਹਨੂੰ ਕਹੇ ਤੂੰ ਉਹਦੇ ਮੁਕਾਬਲੇ ਹਜੇ ਜੰਮਿਆ ਵੀ ਨਹੀਂ, ਜਿਹਦੇ 'ਤੇ ਤੂੰ ਤੰਜ ਕੱਸਦਾ, ਹਜੇ ਜੰਮ ਲੈ ਫਿਰ ਉਹਨਾਂ ਬਾਰੇ ਗੱਲ ਕਰੀ ਜੀ। ਔਰ ਇੱਦਾਂ ਕੁਛ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿੰਡ ਸਾਰੇ ਖੜ੍ਹੇ ਨੇ, ਸ਼ਹਿਰ ਵੀ ਖੜ੍ਹਾ, ਅਸੀਂ ਸ਼ਹਿਰ ਦੇ ਵਿੱਚ 3 ਵਾਰ ਮੇਅਰ ਬਣਾ ਚੁੱਕੇ ਹਾਂ, ਸ਼ਹਿਰ ਦੇ ਵਿੱਚ ਸਾਡੇ ਐਮ ਐਲ ਏ ਵੀ ਰਹੇ ਨੇ, ਸ਼ਹਿਰੋਂ ਵੀ ਵੋਟ ਪਊਗੀ, ਪਿੰਡੋਂ ਵੀ ਪਊਗੀ, ਅਸੀਂ ਸੀਟ ਜਿੱਤਾਂਗੇ। ਅਕਾਲੀ ਦਲ ਨੇ ਜਿਹੜਾ ਉਹਨਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਇਸ਼ਟ ਦੀ ਬੇਇੱਜ਼ਤੀ ਹੋਈ ਆ, ਉਹਨਾਂ ਨੇ ਆਪਣੇ ਪੰਨੇ ਪਾੜੇ ਆ ਗੁਰੂ ਗ੍ਰੰਥ ਸਾਹਿਬ ਦੇ, ਅਤੇ ਬੈਠੇ ਭਗਤਾਂ ਦੇ ਉੱਤੇ ਗੋਲੀਆਂ ਚਲਵਾਈਆਂ, ਲੋਕੀ ਭੁੱਲਦੇ ਨਹੀਂ ਅਕਾਲੀ ਦਲ ਨੂੰ ਉਹਦੇ ਰਾਜ ਦੇ ਵਿੱਚ। ਇੱਕ ਪਾਸੇ ਦਾ ਉਹ ਪੰਥ ਦੀ ਪਾਰਟੀ ਕਹਿੰਦੀ ਆ, ਇੱਕ ਪਾਸੇ ਆਪਣੇ ਬੰਦਿਆਂ ਦੇ ਗੋਲੀਆਂ ਚਲਾ ਰਿਹਾ। ਚਲੋ ਸੁਖਬੀਰ ਬਾਦਲ ਨੂੰ ਕਹਿ ਰਾਜਾ ਬੜਿੰਗ ਦਰਜੀ ਦੇ ਪੈਸੇ ਦੇ ਆਵੇ, ਸੁਖਬੀਰ ਬਾਦਲ ਨੂੰ ਕਹਿ ਤੇਰੇ ਐਮ ਐਲ ਏ ਦੇ ਉਹ ਪੋਸਟਰ ਲਈ ਖੜਾਈ 2 ਲੱਖ ਰੁਪਈਆ ਲੱਡੂਆਂ ਦਾ ਲੈਣਾ, ਇਹ ਪਹਿਲਾਂ ਲੋਕਾਂ ਦੇ ਪੈਸੇ ਦੇ ਦੇਣ, ਵੋਟਾਂ ਦਾ ਬਾਅਦ 'ਚ ਲੈਣ। ਉਹ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਬਹੁਤ ਬੱਚਾ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਜੋ ਦੇਣ ਹੈ ਨਾ ਪੰਜਾਬ ਨੂੰ, ਉਹਨੂੰ ਕਹੇ ਤੂੰ ਉਹਦੇ ਮੁਕਾਬਲੇ ਹਜੇ ਜੰਮਿਆ ਵੀ ਨਹੀਂ, ਜਿਹਦੇ 'ਤੇ ਤੂੰ ਤੰਜ ਕੱਸਦਾ, ਹਜੇ ਜੰਮ ਲੈ ਫਿਰ ਉਹਨਾਂ ਬਾਰੇ ਗੱਲ ਕਰੀ ਜੀ। ਔਰ ਇੱਦਾਂ ਕੁਛ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿੰਡ ਸਾਰੇ ਖੜ੍ਹੇ ਨੇ, ਸ਼ਹਿਰ ਵੀ ਖੜ੍ਹਾ, ਅਸੀਂ ਸ਼ਹਿਰ ਦੇ ਵਿੱਚ 3 ਵਾਰ ਮੇਅਰ ਬਣਾ ਚੁੱਕੇ ਹਾਂ, ਸ਼ਹਿਰ ਦੇ ਵਿੱਚ ਸਾਡੇ ਐਮ ਐਲ ਏ ਵੀ ਰਹੇ ਨੇ, ਸ਼ਹਿਰੋਂ ਵੀ ਵੋਟ ਪਊਗੀ, ਪਿੰਡੋਂ ਵੀ ਪਊਗੀ, ਅਸੀਂ ਸੀਟ ਜਿੱਤਾਂਗੇ। ਅਕਾਲੀ ਦਲ ਨੇ ਜਿਹੜਾ ਉਹਨਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਇਸ਼ਟ ਦੀ ਬੇਇੱਜ਼ਤੀ ਹੋਈ ਆ, ਉਹਨਾਂ ਨੇ ਆਪਣੇ ਪੰਨੇ ਪਾੜੇ ਆ ਗੁਰੂ ਗ੍ਰੰਥ ਸਾਹਿਬ ਦੇ, ਅਤੇ ਬੈਠੇ ਭਗਤਾਂ ਦੇ ਉੱਤੇ ਗੋਲੀਆਂ ਚਲਵਾਈਆਂ, ਲੋਕੀ ਭੁੱਲਦੇ ਨਹੀਂ ਅਕਾਲੀ ਦਲ ਨੂੰ ਉਹਦੇ ਰਾਜ ਦੇ ਵਿੱਚ। ਇੱਕ ਪਾਸੇ ਦਾ ਉਹ ਪੰਥ ਦੀ ਪਾਰਟੀ ਕਹਿੰਦੀ ਆ, ਇੱਕ ਪਾਸੇ ਆਪਣੇ ਬੰਦਿਆਂ ਦੇ ਗੋਲੀਆਂ ਚਲਾ ਰਿਹਾ।